ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਲਓ ਜੀ, ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਤੇ ਅੱਜ ਵਲੌਗ ਸ਼ੁਰੂ ਹੋ ਰਿਹਾ ਆਪਣੇ ਪੁਰਾਣੇ ਸੈਟਅਪ 'ਚੋਂ। ਹਾਲਾਂਕਿ ਨਵਾਂ ਸੈਟਅਪ ਤਾਂ ਅਜੇ ਬਣਿਆ ਨਹੀਂ, ਪਰ ਚਲੋ ਨਵਾਂ ਬਣਦੇ ਆ, ਇਸ ਕਰਕੇ ਆ ਸੈਟਅਪ ਪੁਰਾਣਾ ਹੀ ਹੈ ਹੁਣ, ਠੀਕ ਹੈ। ਅਤੇ ਜਿੱਦਾਂ ਕਿ ਲਾਸਟ ਵਲੌਗ ਤੁਸੀਂ ਵੇਖਿਆ ਸੀ ਕਿ ਆਪਾਂ ਕੰਮ ਕਰਨ ਦਿਆ ਸੀਗੇ ਆਪਣੇ ਸਵਰਾਜ 855 ਦੇ ਮਾਡਲ 'ਤੇ। ਅਤੇ ਆਹ ਟਰੈਕਟਰ ਆਪਾਂ ਨਾ ਸਿੰਪਲ ਮੋਡੀਫਾਈ ਕਰਨਾ ਸੀਗਾ, ਰਿਮੋਟ ਕੰਟਰੋਲ ਨਹੀਂ ਬਣਾਉਣਾ। ਅਤੇ ਇਹਦੀ ਜਿਹੜੀ ਯੂ ਪਾਈਪ ਹੈ ਉਹ ਆਪਾਂ ਕਰਨੀ ਸੀਗੀ ਅਪਗ੍ਰੇਡ, ਠੀਕ ਹੈ। ਅਤੇ ਰਾਤ ਆਪਾਂ ਪ੍ਰਿੰਟ ਕਰਨੀ ਲਾਤੀ ਸੀ ਨਵੀਂ ਯੂ ਪਾਈਪ। ਹਾਂ ਦੇਖੋ ਇੱਥੇ ਪ੍ਰਿੰਟ ਹੋ ਗਈ ਹੈ, ਹੁਣ ਇਹ ਕੋ ਪੱਟ ਦਾ ਮੈਂ ਅਤੇ ਫਿਟਿੰਗ ਵਗੈਰਾ ਦੇਖ ਕੇ ਇਹਦੀ, ਉਦੋਂ ਬਾਅਦ ਇਹਦਾ ਮਿਊਜ਼ਿਕ ਸਿਸਟਮ ਪ੍ਰਿੰਟ ਕਰਨਾ ਲਾ ਦਿੰਦੇ ਆਪਾਂ, ਠੀਕ ਹੈ। ਕੋਸ਼ਿਸ਼ ਇਹ ਆ ਕਿ ਕੱਲ੍ਹ ਤੱਕ ਨਾ ਟਰੈਕਟਰ ਆਪਾਂ ਸਾਰੇ ਤਿਆਰ ਕਰ ਦਈਏ, ਤਿੰਨੇ ਦੇ ਤਿੰਨੇ ਟਰੈਕਟਰ। ਇੱਕ ਨਾਟ 11 ਵੀ ਬਣਨਾ ਅਤੇ ਨਾਟ 11 ਦਾ ਮਿਊਜ਼ਿਕ ਸਿਸਟਮ ਚਾਹੀਦਾ ਸੱਚ। ਚਲੋ ਦੇਖ ਲੈਂਦੇ ਹਾਂ, ਜਿਵੇਂ ਵੀ ਹੋਊਗੀ ਸੈਟਿੰਗ ਕਰ ਲੈਂਦੇ ਹਾਂ। ਵੈਸੇ ਤਾਂ ਆਪਣੇ ਨਵੇਂ ਸੈਟਅਪ 'ਚ ਫਰਨੀਚਰ ਵਾਲਾ ਕੰਮ ਵੀ ਕਰਨਾ ਆਪਾਂ, ਅਤੇ ਮਿਸਤਰੀ ਨੇ ਵੀ ਆਉਣਾ ਸੀਗਾ ਅੱਜ, ਪਰ ਕਨਫਰਮ ਹਜੇ ਕੁਛ ਵੀ ਨਹੀਂ ਗਾ। ਦੇਖੋ ਆ ਜੇ ਅਤੇ ਆ ਵੀ ਜਾਵੇ ਅਤੇ ਨਾ ਆਵੇ ਅਤੇ ਨਾ ਹੀ ਆਵੇ, ਠੀਕ ਹੈ। ਬਾਕੀ ਜੋ ਵੀ ਹੋਊਗਾ ਜਿਵੇਂ ਵੀ ਹੋਊਗਾ ਤੁਹਾਨੂੰ ਪਤਾ ਲੱਗ ਜੂਗਾ। ਮੌਕੇ 'ਤੇ ਯੂ ਪਾਈਪ ਦੀ ਫਿਟਿੰਗ ਚੈੱਕ ਕਰਕੇ ਅਤੇ ਮੈਂ ਮਿਊਜ਼ਿਕ ਸਿਸਟਮ ਪ੍ਰਿੰਟ ਕਰਨਾ ਲਾਉਂਦਾ, ਅਤੇ ਨਾਲੇ ਆਪਣਾ ਜਿਹੜਾ ਹੋਲੈਂਡ ਹੈ ਇਹਦੀ ਵਾਇਰਿੰਗ ਕਰਦੇ ਹਾਂ, ਠੀਕ ਹੈ। ਫਿਲਹਾਲ ਤਾਂ ਇਹ ਕੰਮ ਕਰੀਏ, ਬਾਕੀ ਹਜੇ ਐਡੀਟਿੰਗ ਪਈ ਹੈ ਆਪਣੀ, ਥਾਰ ਦੇ ਵੀ ਹਜੇ ਸੈਂਡਿੰਗ ਵਗੈਰਾ ਹੋਣੀ ਹੈ। ਇਹ ਤਾਂ ਆਪਣੇ ਨਵੇਂ ਸੈਟਅਪ 'ਚ ਬਣੂਗੀ ਕੰਪਲੀਟ, ਹੁਣ ਤਾਂ ਨਹੀਂ ਬਣਦੀ। ਬਾਕੀ ਚਲੋ ਦੇਖਦੇ ਹਾਂ ਕੀ ਬਣਦਾ। ਲਓ ਵੀ ਮੁੰਡਿਓ, ਸੀਨ ਇੱਦਾਂ ਕਿ ਯੂ ਪਾਈਪ ਦੀ ਫਿਟਿੰਗ ਕਰ ਲਈ ਸੀ ਆਪਾਂ, ਵੀ ਚੈੱਕ ਕਰ ਲਿਆ ਸੀ ਜਮਾਂ ਓਕੇ, ਇੱਧਰ ਰਿਪੋਰਟ ਹੈ ਯੂ ਪਾਈਪ ਦੀ ਫਿਟਿੰਗ ਜਮਾਂ ਓਕੇ ਆ, ਅਤੇ ਇੱਧਰ ਮਿਊਜ਼ਿਕ ਸਿਸਟਮ ਪ੍ਰਿੰਟ ਕਰਨ ਵਾਲਾ ਤਾਂ। ਪਹਿਲਾਂ ਮੈਂ ਦੋ ਇਕੱਠੇ ਲਾਉਣ ਲੱਗਾ ਸੀਗਾ, ਫਿਰ ਮੈਂ ਸੋਚਿਆ ਕਿ ਨਹੀਂ ਦੋ ਇਕੱਠੇ ਨਹੀਂ ਲਾਉਂਦੇ, ਇੱਕ ਪ੍ਰਿੰਟ ਕਰਕੇ ਦੇਖਦੇ ਹਾਂ ਇੱਕ ਵਾਰੀ ਫਿਟਿੰਗ ਵਗੈਰਾ ਚੈੱਕ ਹੋਜੂ, ਅਤੇ ਦੂਜਾ ਉਹ ਤੋਂ ਬਾਅਦ ਪ੍ਰਿੰਟ ਲਾ ਦਾਂਗੇ। ਲਗਭਗ 3 ਕੁ ਘੰਟੇ ਲੱਗਣਗੇ ਇੱਕ ਮਿਊਜ਼ਿਕ ਸਿਸਟਮ ਨੂੰ ਪ੍ਰਿੰਟ ਹੋਣ 'ਚ, ਆਹ ਦੇਖ ਲਓ ਇੱਥੇ। ਅਤੇ ਮੈਂ ਹੁਣ ਕੰਮ ਸ਼ੁਰੂ ਕਰਨ ਲੱਗਾ ਸੀ ਆਪਣੇ ਨਵੇਂ ਸੈਟਅਪ ਦੀ ਵਾਇਰਿੰਗ 'ਤੇ, ਅਤੇ ਬਸ ਉਹਦੇ ਵਾਸਤੇ ਸਮਾਨ ਸਮੂਨ ਲੈਣ ਆਇਆ ਵਾਂ, ਟੂਲ ਵਗੈਰਾ ਕਟਰ, ਅਤੇ ਉੱਧਰ ਆਪਾਂ ਸ਼ੁਰੂ ਕਰੀਏ। ਮੈਂ ਮੇਨ ਜਿਹੜੀ ਫਿਟਿੰਗ ਹੈ ਨਾ, ਮੇਨ ਬੋਰਡ ਆ ਜਿਹੜਾ, ਇਹਦੀ ਫਿਟਿੰਗ ਕਰਦੇ ਹਾਂ। ਨਾਟ ਇਹਦੇ ਆ ਪਏ, ਪੇਚਕਸ ਛੋਟਾ ਭਾਈ ਚੱਲ ਜੂਗਾ, ਚੱਲ ਜੂਗਾ। ਬਸ ਫਿਰ ਕਰੀਏ ਸ਼ੁਰੂ ਫਿਟਿੰਗ ਵਾਲਾ ਕੰਮ, ਠੀਕ ਹੈ। ਲਓ ਵੀ ਮੁੰਡਿਓ, ਆਹ ਦੇਖੋ ਤੁਸੀਂ ਫਿਟਿੰਗ ਵਾਲਾ ਕੰਮ ਚੱਲਣ ਦਿਆ। ਮੇਨ ਜਿਹੜੀ ਆਪਣੀ ਫੱਟੀ ਹੈ ਨਾ, ਮੇਨ ਜਿਹਦੇ 'ਤੇ ਸਾਰੀ ਮੇਨ ਸਪਲਾਈ ਹੈ, ਵੀ ਲਾਈਟਾਂ ਲੂਟਾਂ ਜਿਹਦੇ 'ਤੇ ਲੱਗਣੀਆਂ ਉਹ ਆ ਏ, ਠੀਕ ਹੈ। ਇਹਦੇ 'ਤੇ ਕੰਮ ਹੋ ਚੁੱਕਿਆ ਡਨ, ਫਿਟਿੰਗ ਓਕੇ ਆ, ਪੱਖਾ ਚੱਲਣ ਦਿਆ। ਇਹਨਾਂ ਬਟਨਾਂ ਦੇ ਹਜੇ ਕਨੈਕਸ਼ਨ ਨਹੀਂ ਹੋਏ, ਕਿਉਂਕਿ ਉਹ ਲਾਈਟਾਂ ਲਾਵਾਂਗੇ, ਪੱਖੇ ਲਾਵਾਂਗੇ, ਉਦੋਂ ਬਾਅਦ ਕਰਨੇ ਆ। ਅਤੇ ਇਹਦੇ ਵਿੱਚ ਵੀ ਮੈਂ ਸੋਚਣ ਦਿਆ ਵਾਂ ਕਿ ਵਾਇਰਲੈਸ ਵਾਲਾ ਜਿਹੜਾ ਨਾ ਉਹ ਲਾ ਦਾਂ, ਇੱਕ ਮੋਡਿਊਲ ਹੁੰਦਾ ਵਾਇਰਲੈਸ, ਵੀ ਆਹ ਬਟਨ ਨਿਕਲ ਕੇ ਉਹਦੀ ਜਗ੍ਹਾ 'ਤੇ ਉਹ ਲੱਗ ਜੂਗਾ, ਅਤੇ ਆਪਾਂ ਰਿਮੋਟ ਨਾਲ ਹੀ ਕੰਟਰੋਲ ਕਰ ਸਕਦੇ ਹਾਂ। ਅਤੇ ਉਹਨਾਂ ਮੈਂ ਪਤਾ ਕਰਦਾ ਜੇ ਤਾਂ ਇੱਥੋਂ ਲੋਕਲ ਹੀ ਮਿਲ ਗਿਆ ਨਾ, ਅਤੇ ਆਪਾਂ ਲੋਕਲ ਦੁਕਾਨ ਤੋਂ ਲੈਵਾਂਗੇ ਮੋਡਿਊਲ, ਠੀਕ ਹੈ। 2 ਚੈਨਲ ਵਾਲਾ ਲੈਵਾਂਗੇ, ਵੀ ਇੱਕ ਚੈਨਲ 'ਤੇ ਪੱਖਾ ਕਰ ਦਾਂਗੇ, ਇੱਕ ਚੈਨਲ 'ਤੇ ਲਾਈਟ ਕਰ ਦਾਂਗੇ, ਠੀਕ ਹੈ। ਵੀ ਆਪਾਂ ਨੂੰ ਵਾਰ ਵਾਰ ਆ ਕੇ ਲਾਈਟ ਬੰਦ ਕਰਨੀ ਆ, ਪੱਖਾ ਬੰਦ ਕਰਨ ਦੀ ਲੋੜ ਨਹੀਂ ਪਊਗੀ, ਆਪਾਂ ਰਿਮੋਟ ਤੋਂ ਹੀ ਕੰਟਰੋਲ ਕਰ ਸਕਦੇ ਹਾਂ, ਠੀਕ ਹੈ। ਉਹ ਜਗਾ ਦਿੰਦੇ ਚਲਾਵਾਂਗੇ ਆਪਾਂ, ਅਤੇ ਬਾਕੀ ਦੇਖਦੇ ਹਾਂ ਡਾਊਨ ਸੀਲਿੰਗ ਵਾਲਾ ਅੱਜ ਤਾਂ ਨਹੀਂ, ਕੱਲ੍ਹ ਆਊਗਾ ਮੈਂ ਵੀ, ਕੱਲ੍ਹ ਡਾਊਨ ਸੀਲਿੰਗ ਕਰਕੇ। ਅਤੇ ਮੈਨੂੰ ਇਹ ਸੀਗਾ ਕਿ ਪਹਿਲਾਂ ਫਰਨੀਚਰ ਬਣ ਜੇ, ਠੀਕ ਹੈ, ਇੱਥੋਂ ਵਾਲਾ ਮੇਜ਼ ਮੂਜ ਬਣ ਜੇ, ਅਤੇ ਫਿਰ ਹੀ ਮਿਊਜ਼ਿਕ ਸਿਸਟਮ ਦੀ ਫਿਟਿੰਗ ਕਰਾਂ। ਆਹ ਦੇਖੋ ਦਾਗ ਲੱਗਣੇ ਸ਼ੁਰੂ ਹੋ ਗਏ ਨੇ ਕੰਧਾਂ 'ਤੇ, ਮਾਰ ਆ ਜਾਂਦੇ ਐਵੇਂ ਇਹਨਾਂ ਟਿਕਣਾ। ਉਹ ਵੀ ਮੁੰਡੇ, ਉਹ ਸੀਨ ਇੱਦਾਂ ਕਿ ਆ ਗਏ ਦੋਵੇਂ ਹੈਵੀ ਡਰਾਈਵਰ, ਅਤੇ ਸਬਵੂਫਰ ਫਿੱਟ ਕਰਨ ਦੀ ਤਿਆਰੀ ਹੈ ਸਾਡੀ। ਪਹਿਲਾਂ ਤਾਂ ਮੇਰਾ ਪਲਾਨ ਸੀ ਕਿ ਨਹੀਂ ਫਿੱਟ ਕਰਦੇ, ਪਰ ਇਹ ਕਹਿੰਦਾ ਵੀ ਕਟਿੰਗ ਕੁਟਿੰਗ ਵਾਲਾ ਸਾਰਾ ਕੰਮ ਆਪਾਂ ਬਾਹਰ ਕਰਾਂਗੇ ਸੈਟਅਪ 'ਚੋਂ, ਅੰਦਰ ਕਚਰਾ ਨਹੀਂ ਹੁੰਦਾ, ਅਤੇ ਆਪਾਂ ਕਰ ਦਈਏ ਫਿਟਿੰਗ। ਮੈਂ ਚਲੋ ਜੀ ਕਰ ਦਿੰਦੇ ਹਾਂ, ਨਾਲੇ ਅੱਜ ਇੱਕ ਐਗਜੋਸਟ ਫੈਨ ਵੀ ਲਾ ਦਿੰਦੇ ਹਾਂ, ਅਤੇ ਉਹ ਇਹੋ ਜਿਹਾ ਖੜਾ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਯੂਟਿਊਬ ਚੈਨਲ ਹੈਲ ਗੇਮਰ। ਆਪਦੇ ਚੈਨਲ ਦੀ ਪ੍ਰੈਕਟਿਸ ਕਰਨ ਦਿਆ ਜੇ, ਛੇਤੀ ਦੱਸਾਂਗੇ ਤੁਹਾਨੂੰ। ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਬਈ, ਜਿਹੜੇ ਨਾ ਦੇਖ ਪਾ ਰਹੇ ਹੁੰਦੇ, ਅੱਖਾਂ ਖੋਲੋ ਪੰਜਾਬੀਓ, ਨਿਕਲ ਇੱਧਰ ਨਾਟਕ ਸੀਨਾ ਨੇ, ਉੱਤੇ ਥੱਲੇ ਭਰੀ ਹੋਈ ਆ, ਉੱਤੇ ਥੱਲੇ ਇੱਥੇ ਵੀ ਨਾਟਕ ਸੀਨਾ ਪੁੱਟੀ ਭਰੀ ਹੋਈ ਆ। ਮੇਰੀ ਗੱਲ ਮੰਨ ਲਾ, ਮੋਰੇ ਕੱਢ ਕੇ ਨਿਕਲਣਾ ਦੇ ਕੱਛ ਦੇ ਮੇਖਾਂ ਟੋਕ ਦੀਏ, ਨਾਟ ਨਹੀਂ ਕਿਸੇ ਨਾਲ ਨਿਕਲ ਮੰਨ ਲਈ ਕਿ ਉਹਦੀ ਚੱਕਾਂ ਜਲਦੀ ਕਰੇ ਤਾਂ ਟੇਡਾ ਕਰ ਦੇ, ਹੌਲੀ ਕਰ ਲੈਣਾ, ਹੌਲੀ ਕਰ ਗੁਰੂ ਕਰ ਲਿਆ ਜੀ, ਠੀਕ ਹੈ ਗੁਰੂ ਭਰ ਦੇ। ਲਓ ਵੀ ਮੁੰਡਿਓ, ਲੇਟੈਸਟ ਅਪਡੇਟ ਕੁਛ ਇੱਦਾਂ ਹੈ ਕਿ ਬੱਦਲ ਬਣਿਆ ਹੋਇਆ ਪੂਰਾ, ਮੀਂਹ ਤਾਂ ਹਜੇ ਕੋਈ ਆਇਆ ਨਹੀਂ ਪਰ ਬੱਦਲ ਤਾਂ ਪੂਰਾ ਹੈ। ਵੇਖੋ ਇੱਧਰ ਆਪਣੇ ਸੈਟਅਪ ਦਾ ਅਪਡੇਟ ਕੁਛ ਇੱਦਾਂ ਹੈ, ਆਹ ਗੇਟ ਤਾਂ ਕੱਲ੍ਹ ਹੀ ਲੱਗ ਗਿਆ ਸੀ, ਅੱਜ ਕੀ ਕੁਛ ਕੀਤਾ, ਅੱਜ ਕੀਤੀ ਹੈ ਸਪੀਕਰਾਂ ਦੀ ਫਿਟਿੰਗ, ਠੀਕ ਹੈ ਚਾਰ ਗੁੱਠਾਂ 'ਚ ਇੱਕ ਇੱਕ ਸਪੀਕਰ ਲੱਗ ਗਿਆ। ਆਹ ਸਪੀਕਰ ਮੈਂ ਇੱਥੇ ਲਾਇਆ, ਪਹਿਲਾਂ ਇੱਥੇ ਲਾਉਣ ਲੱਗਾ ਸੀ ਮੈਂ ਪਰ ਨਾ ਉਹ ਕੈਂਸਲ ਕਰਤਾ ਫਿਰ, ਕਿਉਂਕਿ ਇੱਥੇ ਗੇਟ ਆ ਜਾਣਾ ਕੁਛ ਨਾਲ, ਜਿੱਦਾਂ ਫੈਨ ਆ ਗਿਆ ਅਤੇ ਇੱਥੋਂ ਕੋਈ ਜ਼ਿਆਦਾ ਸਾਊਂਡ ਬਣਨਾ ਨਹੀਂ, ਆ ਗੁੱਠ 'ਚ ਇੱਥੇ ਵਧੀਆ ਸਾਊਂਡ ਆਊ, ਇੱਥੇ ਬੈੱਡ ਲੱਗਾਊ ਆਪਣਾ ਅਤੇ ਮੈਂ ਕਹਿੰਦਾ ਸਾਊਂਡ ਸਿਰਾ ਬਣੂਗਾ, ਇਸ ਕਰਕੇ ਇੱਦਾਂ ਲਾਇਆ ਮੈਂ ਇਹਨੂੰ। ਬਾਕੀ ਤਾਂ ਟੈਸਟਿੰਗ ਮੈਂ ਕਰਨ ਦਿਆ ਸੀ ਸਪੀਕਰ ਲਿਆ ਕੇ, ਤਾਰਾਂ ਇੰਨੀਆਂ ਹਜੇ ਤਾਂ ਮੈਂ ਇੱਦਾਂ ਹੀ ਲਮਕਾ ਦਾਂਗਾ, ਠੀਕ ਹੈ ਪੱਕੀ ਫਿਟਿੰਗ ਹਜੇ ਕਰਨੀ ਨਹੀਂ ਇਹਦੀ, ਕਿਉਂਕਿ ਇੱਥੇ ਜਿੰਨਾ ਚਿਰ ਮੇਜ਼ ਨਹੀਂ ਨਾ ਬਣਦਾ ਉਨਾ ਚਿਰ ਆਪਾਂ ਨੂੰ ਪਤਾ ਨਹੀਂ ਲੱਗਣਾ ਕਿ ਇੱਥੋਂ ਤਾਰਾਂ ਆਪਾਂ ਕਿਵੇਂ ਲਿਆਉਣੀ ਹੈ, ਵੀ ਇੱਥੇ ਕੰਪਿਊਟਰ ਪ੍ਰਿੰਟਰ ਸਾਰੇ ਇੱਥੇ ਆਉਣੇ ਆ, ਵੀ ਇਸ ਥਾਂ 'ਤੇ ਇੱਥੇ ਮੇਜ਼ ਬਣਨਾ, ਫਿਰ ਉਸ ਹਿਸਾਬ ਨਾਲ ਇਹਦੀ ਫਿਟਿੰਗ ਕਰਾਂਗੇ, ਠੀਕ ਹੈ। ਅਤੇ ਮਿਸਤਰੀ ਦਾ ਸੀਨ ਐਵੇਂ ਸੀਗਾ, ਫਰਨੀਚਰ ਵਾਲਾ ਮਿਸਤਰੀ ਇੱਕ ਤਾਂ ਨਾ ਹੀ ਕਰ ਗਿਆ, ਠੀਕ ਹੈ ਉਹਨੂੰ ਹੋਰ ਕੋਈ ਕੰਮ ਪੈ ਗਿਆ ਸੀ ਜ਼ਰੂਰੀ, ਇੱਕ ਨਵਾਂ ਲੱਭਿਆ, ਦੇਖੋ ਹੁਣ ਸਵੇਰੇ ਜੇ ਉਹ ਆ ਜਾਏ ਤਾਂ ਚੰਗੀ ਗੱਲ ਹੈ। ਬਾਕੀ ਇੱਧਰ ਮੰਜੇ 'ਤੇ ਢੇਰ ਲੱਗਾ ਹੋਇਆ ਸਮਾਨ ਦਾ, ਇਹ ਹੁਣ ਦੇਖਦਾ ਮੈਂ ਰਾਤ ਨੂੰ ਹੀ ਸ਼ਿਫਟ ਕਰਾਂਗਾ, ਇੱਥੇ ਕੋਈ ਕੰਮ ਤਾਂ ਵੈਸੇ ਹੈ ਨਹੀਂ ਮੌਕੇ 'ਤੇ, ਹੁਣ ਫਿਟਿੰਗ ਫੁਟਿੰਗ ਤਾਂ ਸਾਰੀ ਓਕੇ ਹੀ ਹੈ ਅਤੇ ਪੱਖਾ ਵੀ ਚੱਲਣ ਦਿਆ, ਨਹੀਂ ਚੱਲਣ ਦਿਆ, ਤਾਰੇ ਲੱਗੀਏ ਮੈਨੂੰ ਲੱਗਦਾ ਜਿੱਥੋਂ ਤੱਕ, ਹਜੇ ਨਾ ਮੈਂ ਇੱਥੋਂ ਪੱਕੀ ਸਪਲਾਈ ਦਿੱਤੀ ਨਹੀਂ ਗੀ, ਇਹ ਸਪਲਾਈ ਕੱਚੀ ਰੱਖੀ ਹੋਈ ਹੈ ਇੱਥੋਂ, ਜਿੱਦਾਂ ਸੁੱਚ ਦੇ ਨਾਲ ਹੀ ਵੀ ਡਾਇਰੈਕਟ ਸੁੱਚ ਤੋਂ ਹੀ ਚੱਲਦਾ ਹੈ। ਹੁਣ ਤਾਂ ਆ ਗਈ ਹੈ, ਹਾਂ ਆ ਗਈ ਲਾਈਟ, ਲਾਈਟ ਆ ਗਈ, ਪੱਖਾ ਚੱਲ ਗਿਆ, ਜਿਵੇਂ ਓਕੇ ਦੀ ਰਿਪੋਰਟ ਹੈ, ਛੱਜੇ ਜੇ ਸਹੀ ਉੱਠ ਪੈਂਦੇ ਤਾਂ ਨੂੰ, ਆਹ ਦੇਖੋ
ਜਮਾ ਸੈੱਟ ਹੈ। ਬਾਕੀ ਇਹਨੂੰ ਨਾ ਉਹਦੇ ਨਾਲ ਫਿਕਸ ਕੀਤਾ ਗਲੂ ਗਨ ਨਾਲ, ਇਹਦੇ ਨਾ ਗਲੂ ਭਰਤੀ ਸਾਰੇ, ਨਟ ਨਹੀਂ ਕੱਸੇ ਮੈਂ ਨਟ ਕੱਸ ਕੇ ਕੀ ਕਰਨਾ। ਅਤੇ ਗਲੂ ਗਨ ਇੰਨੀ ਗਰਮ ਸੀਗੀ, ਮੈਂ ਪਹਿਲਾਂ ਵੀ ਸ਼ਾਇਦ ਕਲਿੱਪ ਵਿਖਾਈ ਹੋਊਗੀ, ਆਹ ਦੇਖੋ ਬੂੰਦ ਜਿਹਨਾਂ ਇਹਦੇ ਉੱਤੇ ਡਿੱਗ ਪਈ ਉਹਨਾਂ ਉਹਨਾਂ ਤੋਂ ਮਾਸ ਹੀ ਸਾੜਤਾ, ਕਿਉਂਕਿ ਫੁੱਲ ਗਰਮ ਕੀਤੀ ਹੋਈ ਸੀ। 240 ਡਿਗਰੀ ਟੈਂਪਰੇਚਰ ਹੁੰਦਾ ਇਹਦਾ ਫੁੱਲ, ਸ਼ਾਇਦ ਦੇਖਦਾ ਮੈਂ, ਹਾਂ 220 ਡਿਗਰੀ ਦੇ ਫੁੱਲ ਕੀਤੀ ਹੋਈ ਸੀ ਗਰਮ, ਉਵੇਂ ਹੀ ਡੁੱਲ ਗਈ ਹੱਥ ਦੇ ਉੱਤੇ। ਬਾਕੀ ਚਲੋ ਕੋਈ ਚੱਕਰ ਨਹੀਂ। ਲਓ ਵੀ ਮੁੰਡਿਓ ਸੀਨ ਇੱਦਾਂ ਕਿ ਮੈਂ ਤਾਂ ਥੱਲੇ ਆਇਆ ਸੀ, ਮੈਂ ਕਿਹਾ ਚੱਲ ਸੈਟਅਪ 'ਤੇ ਕਰਦੇ ਹਾਂ ਕੰਮ ਥੋੜ੍ਹਾ ਜਿਹਾ, ਅੱਜ ਪੂਰਾ ਦਿਨ ਕੁਛ ਨਹੀਂ ਹੋਇਆ ਵੀ ਇੱਥੇ ਜਿਹੜਾ ਕਿੱਲਾ ਬਣਾਉਣਾ ਪੱਧਰਾ ਜਿਹਾ ਕਰਦੇ ਹਾਂ, ਅਤੇ ਨਾਲ ਹੀ ਮੀਂਹ ਸ਼ੁਰੂ ਹੋ ਗਿਆ, ਸਵੇਰ ਦਾ ਜਮਾਂ ਹੀ ਨਹੀਂ ਸੀ ਆਇਆ ਅਤੇ ਹੁਣ ਹੋ ਗਿਆ ਸ਼ੁਰੂ। ਫਿਲਹਾਲ ਚੱਲੀਏ ਅੰਦਰ, ਐਵੇਂ ਭਿੱਜਾਂਦਾ ਇੱਥੇ ਖੜ੍ਹੇ। ਮੇਰਾ ਪਲੈਨ ਤਾਂ ਇਹ ਚੱਲ ਬੱਜਰੀ ਪਾ ਦੇਣਾ, ਨਾਲੇ ਗਿੱਲੀ ਹੋ ਜੂ ਅਤੇ ਨਾਲੇ ਜਿਵੇਂ ਜੰਮ ਜੂ ਥੋੜ੍ਹੀ ਜਿਹੀ, ਪਰ ਇਹਦੇ 'ਤੇ ਨਾ ਥੋੜ੍ਹੀ ਜਿਹੀ ਰੇਤਾ ਹਜੇ ਸੁੱਟਣੀ ਪੈਣੀ ਹੈ ਵੀ ਪੱਧਰਾ ਕਰਨ ਵਾਸਤੇ, ਇਸ ਕਰ ਫਿਰ ਹਜੇ ਬੱਜਰੀ ਪਾਈ ਨਹੀਂ। ਫਿਲਹਾਲ ਆਪਾਂ ਚੱਲੀਏ ਅੰਦਰ, ਇਹਨੂੰ ਛੱਡ ਦਈਏ ਇੱਥੇ ਹੀ। ਅਤੇ ਅੰਦਰ ਮੈਂ ਕਹਿੰਦਾ ਵੀ ਫੁੱਲ ਖਲਾਰਾ ਤਾਂ ਪਾਇਆ ਹੀ ਹੋਇਆ, ਮੈਂ ਚੈੱਕ ਕੀਤਾ ਹੁਣ ਜੇ ਫਿਰ ਚਲਾ ਕੇ, ਮੈਂ ਸੈੱਟ ਹੈ ਓਕੇ ਦੀ ਰਿਪੋਰਟ ਆ, ਪਾਵਰ ਪਿੱਛੋਂ ਕੱਟੀ ਹੋਈ ਹੈ। ਚਲੋ ਉੱਤੇ ਪ੍ਰਿੰਟਰ ਚੱਲਣ ਦਿਆ, ਉੱਧਰ ਹੀ ਚੱਲਦੇ ਹਾਂ ਆਪਾਂ। ਲਓ ਵੀ ਮੁੜਿਓ ਸੀਨ ਐ ਪਿਆ, ਮੀਂਹ ਦੇ ਕੋਈ ਏਡਾ ਖਾਸ ਆਇਆ ਨੀਗਾ, 3 ਮਿੰਟ ਜੀ ਹੋਈ ਸੀ ਬਸ, ਅਤੇ ਮੈਂ ਸੋਚਿਆ ਵੀ ਲੱਗਦੇ ਹੱਥ ਨਾ ਆਹ ਕੰਮ ਕਰ ਹੀ ਦਈਏ। ਅਤੇ ਫਿਲਹਾਲ ਆ ਦੇਖ ਲਓ ਕਿੱਲਾ ਪੱਧਰਾ ਕੀਤਾ, ਆ ਜਿੰਨਾ ਪੱਧਰਾ ਕੀਤਾ ਇੰਨਾ ਵੱਡਾ ਤਾਂ ਨਹੀਂ ਬਣਾਉਂਦੇ ਵੀ, ਥੋੜ੍ਹਾ ਥੋੜ੍ਹਾ ਫੁੱਟ ਫੁੱਟ ਥਾਂ ਛੱਡ ਦਾਂਗੇ ਚਾਰੇ ਗੁੱਠਾਂ ਤੋਂ, ਠੀਕ ਹੈ। ਬਾਕੀ ਸਾਰਾ ਕਵਰ ਕਰ ਦੇਣਾ। ਪਹਿਲਾਂ ਮੇਰਾ ਪਲੈਨ ਸੀ ਕਿ ਵੀਡੀਓ ਸ਼ੂਟ ਕਰਦੇ ਹਾਂ ਕੰਪਿਊਟਰ ਕਿਰਾਏ ਨਾਲ, ਵੀ ਸਾਰਿਆਂ ਨੂੰ ਕੰਪਿਊਟਰ ਕਿਰਾਇਆ ਮਾਰ ਦਿੰਦੇ ਹਾਂ ਆਪਾਂ, ਮਾਡਲ ਪਿੱਛੇ ਪਾ ਕੇ ਵੀ ਨਾਲੇ ਵੀਡੀਓ ਸ਼ੂਟ ਹੋ ਜੂਗੀ ਅਤੇ ਨਾਲੇ ਥੋੜ੍ਹਾ ਜਿਹਾ ਪੱਧਰਾ ਜਿਹਾ ਹੋ ਜੂਗਾ, ਵੀ ਪੱਧਰਾ ਚਲੋ ਕਿਹੜਾ ਹੋਣਾ ਪਰ ਇੰਨਾ ਵੀ ਥੋੜ੍ਹਾ ਸਾਫ਼ ਹੋ ਜੂ ਉੱਤੋਂ। ਪਰ ਆਪਾਂ ਨੂੰ ਇਹ ਕੰਮ 2 ਵਾਰੀ ਕਰਨਾ ਪੈਣਾ ਸੀਗਾ, ਠੀਕ ਹੈ। ਇੱਦਾਂ ਹੁਣ ਪੱਧਰਾ ਕਰਤਾ, ਉਦੋਂ ਬਾਅਦ ਇਹਦੇ 'ਤੇ ਬੱਜਰੀ ਪਾਉਣੀ ਹੈ, ਉਸ ਤੋਂ ਬਾਅਦ ਫਿਰ ਉੱਤੇ ਰੇਤਾ ਪਾ ਕੇ ਅਤੇ ਫਿਰ ਪੱਧਰਾ ਕਰਨਾ ਸੀ। ਫਿਰ ਮੈਂ ਸੋਚਿਆ ਕਿ ਉਸ ਤੋਂ ਬਾਅਦ ਜਿਹੜਾ ਕਰਨਾ ਨਾ ਪੱਧਰਾ ਬੱਜਰੀ ਪਾਉਣ ਤੋਂ ਬਾਅਦ, ਉਹਦੇ 'ਚ ਚਲਾ ਦਾਂ ਕੰਪਿਊਟਰ ਕਰਾਇਆ, ਹੁਣ ਇੱਕ ਵਾਰੀ ਇੱਦਾਂ ਹੀ ਬੱਜਰੀ ਪਾ ਦਈਏ। ਕਹਿੰਦੇ ਹੁਣ ਬੱਜਰੀ ਪੈ ਜੂਗੀ ਜੇ ਰਾਤ ਮੀਂਹ ਪਿਆ ਵੀ ਤਾਂ ਕੋਈ ਚੱਕਰ ਨਹੀਂ ਗਾ, ਵੀ ਇੱਕ ਤਾਂ ਰੇਤਾ ਨਹੀਂ ਖੁਰਦੀ, ਦੂਜਾ ਬੱਜਰੀ ਵਧੀਆ ਵਿੱਚ ਸੈੱਟ ਹੋ ਜੂਗੀ, ਅਤੇ ਮੌਕੇ 'ਤੇ ਆਹ ਪਲੈਨ ਕੀਤਾ ਮੈਂ। ਲਓ ਵੀ ਮੁੰਡਿਓ ਆਹ ਚੈੱਕ ਕਰੋ ਤੁਸੀਂ ਨਵਾਂ ਕਿੱਲਾ, ਆਹ ਹੋਊਗਾ ਕਿੱਲੇ ਦਾ ਸਾਈਜ਼, ਠੀਕ ਹੈ। ਇੰਨਾ ਵੱਡਾ ਮੈਂ ਇਸ ਕਰਕੇ ਬਣਾਇਆ ਕਿ ਤਾਂ ਟਰੈਕਟਰਾਂ ਨੂੰ ਚੱਲਣ 'ਚ ਆਸਾਨੀ ਹੋਊਗੀ, ਮੋੜ ਵੀ ਛੇਤੀ ਜਾਣਗੇ, ਪਲੱਸ ਇੱਥੇ ਜਿਵੇਂ ਤਵੀਆਂ ਮੁਕਾਬਲਾ ਹੋਊਗਾ ਘੇਰਾ ਕਾਫੀ ਲੰਮਾ ਹੋਜੂ, ਟਰਾਲੀ ਮੁਕਾਬਲਾ ਵੀ ਇਹਦੇ ਵਿੱਚ ਹੀ ਕਰਾਂਗੇ ਆਪਾਂ, ਅਤੇ ਇਸ ਕਰਕੇ ਮੈਂ ਵੀ ਥੋੜ੍ਹਾ ਜਿਹਾ ਖੁੱਲ੍ਹਾ ਹੀ ਬਣਾਉਂਦੇ ਹਾਂ, ਠੀਕ ਹੈ। ਬਾਕੀ ਜਿਹੜਾ ਇਹਦੇ ਉੱਤੇ ਮਸਾਲਾ ਪੈਣਾ ਨਾ, ਉਹ ਸਾਰਾ ਹੋਰ ਥੋੜ੍ਹਾ ਥੋੜ੍ਹਾ ਮੈਂ ਬਾਹਰ ਨੂੰ ਕੱਢਾਂ ਸਾਈਡਾਂ ਪੱਕੀਆਂ ਕਰਕੇ ਨਾ ਚੰਗੀ ਤਰ੍ਹਾਂ, ਉਹ ਚਲੋ ਅੱਗੇ ਦੇਖ ਲਾਂ ਜਿਵੇਂ ਵੀ ਹੋਊਗਾ। ਬਾਕੀ ਏਡਾ ਕੁ ਸਾਈਜ਼ ਰਹੂਗਾ ਕਿੱਲੇ ਦਾ, ਅਤੇ ਰਾਤ ਨੂੰ ਦੇਖਾਂਗੇ ਇਹਦੇ 'ਤੇ ਪਾਣੀ ਪਾ ਦਾਂਗਾ ਜਾਂ ਹੋ ਸਕਦਾ ਰੱਬ ਹੀ ਪਾਣੀ ਪਾ ਦੇ, ਬੱਦਲ ਜਿਹਾ ਤਾਂ ਬਣਿਆ ਹੋਇਆ, ਪਤਾ ਨਹੀਂ ਕੀ ਕਰਦਾ ਜੇ, ਹਾਂ ਹੁਣ ਪਤਾ ਨਹੀਂ ਮੀਂਹ ਆਉਂਦਾ ਕਿ ਨਹੀਂ ਆਉਂਦਾ। ਅਤੇ ਚਲੋ ਫਿਰ ਆਪਾਂ ਚੱਲੀਏ ਉੱਤੇ ਆਪਣੇ ਸੈਟਅਪ 'ਚ, ਪੁਰਾਣੇ ਸੈਟਅਪ 'ਚ, ਉਹ ਫੋੜ ਖੜਾ ਇੱਥੋਂ ਵੇਖਦਾ ਜੇ। ਲਓ ਵੀ ਮੁੰਡਿਓ ਸੀਨ ਕੁਛ ਇੱਦਾਂ ਕਿ ਲਾਸਟ ਕਲਿੱਪ ਉਹਦੇ 'ਚ ਆਪਾਂ ਬਾਹਰ ਸੈਟਅਪ 'ਤੇ ਕੰਮ ਕਰਨ ਲਏ ਸੀਗੇ, ਅਤੇ ਆ ਮੌਕੇ 'ਤੇ ਟਾਈਮ ਦੇਖੋ ਰਾਤ ਦੇ 1 ਵੱਜ ਗਏ ਨੇ, ਕਿਉਂਕਿ ਉਸ ਤੋਂ ਬਾਅਦ ਨਾ ਮਿੱਖਲ ਦਾ ਫੋਨ ਆਇਆ ਮੈਨੂੰ, ਕਹਿੰਦਾ ਅਰਜੈਂਟ 3 ਟਰੈਕਟਰ ਰੇਡੀ ਕਰਦੇ, ਸਵੇਰੇ ਆਪਾਂ ਭੇਜਣੇ ਨੇ, ਕਿਉਂਕਿ ਟਰੈਕਟਰ ਬਾਹਰ ਜਾਣੇ ਨੇ ਅਤੇ ਜਿਹਦੇ ਹੱਥ ਵੀ ਭੇਜਣੇ ਨੇ ਉਹਨੇ ਕੱਲ੍ਹ ਹੀ ਬਾਹਰ ਜਾਣਾ, ਠੀਕ ਹੈ, ਕੱਲ੍ਹ ਨਹੀਂ ਪਰਸੋਂ, ਉਹਨੇ ਪਰਸੋਂ ਦੀ ਉਹਦੀ ਫਲਾਈਟ ਹੈ ਅਤੇ ਆਪਾਂ ਕੱਲ੍ਹ ਮਾਡਲ ਪਹੁੰਚਾਉਣੇ ਨੇ।
ਤੇ ਜਾਣੇ ਕਿੱਥੇ ਨੇ ਇਹ ਮਿਖਲ ਨੂੰ ਪਤਾ, ਮੈਨੂੰ ਨਹੀਂ ਪਤਾ। ਤੇ ਇਸ ਕਰਕੇ ਉਦੋਂ ਦਾ ਹੀ ਮੈਂ ਟਰੇਟਰਾਂ ਤੇ ਲੱਗਾ ਹੋਇਆ ਸੀ। ਸਵਰਾਜ ਤੇ ਆਲਮੋਸਟ ਰੇਡੀ ਸੀਗਾ, ਮਿਊਜ਼ਿਕ ਸਿਸਟਮ ਤੇ ਛਤਰੀ ਛੁਤਰੀ ਲੱਗਣ ਵਾਲੀ ਰਹਿ ਗਈ ਸੀ। ਹੋਲੈਂਡ ਵੀ ਲਗਭਗ ਰੇਡੀ ਆ, ਇਹਦੀ ਵਾਇਰਿੰਗ ਹੋ ਚੁੱਕੀ ਆ, ਵਰਕਿੰਗ 'ਚ ਆ, ਬਿਲਕੁਲ ਓਕੇ ਆ। ਪੇਂਟ ਵਗੈਰਾ ਰਹਿ ਗਿਆ ਕਰਨ ਵਾਲਾ, ਉਹ ਸਵੇਰੇ ਕਰਾਂਗੇ ਆਪਾਂ, ਠੀਕ ਹੈ। ਅਤੇ ਆਹ ਜਿਹੜਾ ਨਾਟ ਗਹਿਰਾ, ਇਹਦੇ ਤਾਂ ਬਿਲਕੁਲ ਹੀ ਨਹੀਂ ਸੀ ਕੰਮ ਹੋਇਆ, ਅਤੇ ਹੁਣ ਜਾ ਕੇ ਸਾਰਾ ਕੰਪਲੀਟ ਹੋਇਆ, ਠੀਕ ਹੈ। ਨਾਟ ਗਿਆਰਾਂ ਆਪਣਾ ਮੌਕੇ 'ਤੇ ਕੰਪਲੀਟ ਡਨ ਹੈ, ਇੱਦਾਂ ਦਾ ਇੱਦਾਂ ਬਸ ਪੈਕ ਕਰ ਦੇਣਾ। ਅਤੇ ਸਵਰਾਜ ਜਿਹੜਾ ਇਹਦਾ ਬੰਪਰ ਰਹਿ ਗਿਆ ਬਸ, ਠੀਕ ਹੈ, ਕਿਉਂਕਿ ਟਰੈਕਟਰ ਇਹ ਨਵਾਂ ਹੈ, ਫਸਟ ਮਾਡਲ ਹੈ, ਇਹਦਾ ਬੰਪਰ ਹਜੇ ਡਿਜ਼ਾਇਨ ਨਹੀਂ ਸੀ ਕੀਤਾ, ਅਤੇ ਹੁਣ ਡਿਜ਼ਾਇਨ ਕਰਕੇ ਅਤੇ ਆ ਪ੍ਰਿੰਟ ਕਰਨ ਵਾਲਾ ਆ, ਘੰਟਾ ਇੱਕ ਲੱਗੂਗਾ ਅਤੇ ਇਹ ਪ੍ਰਿੰਟ ਹੋ ਜਾਂਦਾ, ਉਦੋਂ ਬਾਅਦ ਬੰਪਰ ਫਿੱਟ ਕਰ ਦੇਣੇ ਆ। ਹੋਲੈਂਡ ਦਾ ਸੀਨ ਐਵੇਂ ਆ ਕਿ ਇਹਦੇ 'ਤੇ ਮੈਂ ਥੋੜ੍ਹਾ ਜਿਹਾ ਕਨਫਿਊਜ਼ ਹਾਂ ਕਿ ਇਹਦੇ 'ਤੇ ਬੰਪਰ ਲਾਈਏ ਕਿ ਵੇਟ ਹੀ ਟੰਗ ਦੀਏ, ਕਿਉਂਕਿ ਵੇਟ 'ਤੇ ਟਰੈਕਟਰ ਸੋਹਣਾ ਲੱਗਦਾ। ਅਤੇ ਉਹ ਕਨਫਿਊਜ਼ਨ ਸਵੇਰੇ ਹੀ ਦੂਰ ਕਰਾਂਗੇ, ਹੁਣ ਟਾਈਮ ਕੋਈ ਨਹੀਂਗਾ, ਹੁਣ ਤਾਂ ਸੋਨੇ ਹਾਂ, ਬਹੁਤ ਲੇਟ ਹੋ ਗਏ ਹਾਂ। ਅਤੇ ਚਲੋ ਫਿਰ ਆਹ ਵਲੋਗ ਆਪਾਂ ਕਰਦੇ ਹਾਂ ਇੱਥੇ ਐਂਡ। ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਹੁਣ ਇਸ ਤੋਂ ਬਾਅਦ ਜਿੰਨੇ ਵੀ ਔਡਰ ਫੜਨੇ ਆ ਨਾ, ਜਿੰਨੇ ਵੀ ਟਰੈਕਟਰ ਬਣਨੇ ਆ, ਮੈਂ ਕੋਸ਼ਿਸ਼ ਇਹੀ ਕਰਾਂਗਾ ਕਿ ਆਪਣੇ ਨਵੇਂ ਸੈਟਅਪ 'ਚ ਹੀ ਬਣਨਾ, ਠੀਕ ਹੈ। ਪੁਰਾਣੇ ਨੂੰ ਹੁਣ ਨਾ ਇੱਕ ਇੱਕ ਕਰਕੇ ਸਫਾਈ ਸ਼ੁਰੂ ਕਰਦੇ ਹਾਂ, ਖਲਾਰਾ ਬਹੁਤ ਪਿਆ ਹੋਇਆ ਅਤੇ ਸ਼ਿਫਟ ਕਰਨਾ ਵੀ ਸੌਖਾ ਨਹੀਂਗਾ। ਤੁਸੀਂ ਮੰਨ ਕੇ ਚਲੋ ਸਾਰਾ ਸਮਾਨ ਸ਼ਿਫਟ ਕਰਨ ਜਿਹੜਾ ਕਮ ਸੇ ਕਮ 3-4 ਦਿਨ ਲੱਗ ਜਾਣਗੇ, A to Z ਸਾਰਾ ਸਮਾਨ ਸ਼ਿਫਟ ਕਰਨ 'ਚ। ਬਾਕੀ ਚਲੋ ਕੋਈ ਚੱਕਰ ਨਹੀਂ, ਕਰ ਲਾਂਗੇ ਸ਼ਿਫਟ, ਸ਼ਿਫਟ ਹੋਣਾ ਚਾਹੀਦਾ ਬਸ, ਠੀਕ ਹੈ। ਮਿਲਦੇ ਹਾਂ ਫਿਰ, ਓਕੇ ਬਾਏ, ਟਾਟਾ।